ਜੀਓ ਮੇਲਾ ਸੁਣ ਸ਼ਿਵ ਰਾਤ ਦਾ ਬਾਬਾ ਅਚਲ ਬਟਾਲੇ ਆਈ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ ਲੱਗੀ ਬਰਸ਼ਨ ਲਛਮੀ ਰਿੱਧ ਸਿੱਧ ਨੌ ਨਿੱਧ ਸਵਾਈ ਜੋਗੀ ਦੇਖ ਚਲਿਤਰਨੋ ਮਨ ਵਿੱਚ ਰਿਸਕ ਕਨੇਰੀ ਖਾਈ ਭਗਤੀਆਂ ਪਾਈ ਭਗਤ ਆਣ ਲੋਟਾ ਜੋਗੀ ਲਿਆ ਛਪਾਈ ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ ਬਾਬਾ ਜਾਣੀ ਜਾਣ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ ਵੇਖ ਚਲਿੱਤਰ ਜੋਗੀ ਖੁਣ ਸਾਈ ਵੇਖ ਚਲਿੱਤਰ ਜੋਗੀ ਗੋਖੁਣ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਬਰ ਛਤਰ ਤਖਤ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਦੇ ਸਦਕਾ ਗੁਰੂ ਚਰਨਾਂ ਦੇ ਵਿੱਚ ਬੈਠੇ ਗੁਰੂ ਪਿਆਰੇ ਸਤਸੰਗੀ ਜਨੋ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਪਾਵਨ ਬਚਨ ਆਪਾਂ ਸਮਝਣ ਦਾ ਵਿਚਾਰਨ ਦਾ ਉੱਦਮ ਕਰ ਰਹੇ ਹਾਂ ਜੀ। ਤੋ ਜਿਹੜੀ ਅੱਜ ਦੀ ਇਹ ਪਹਿਲੀ ਵਾਰ ਦੀ 39ਵੀਂ ਪੌੜੀ ਹੈ ਇਹ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਅਚਲ ਬਟਾਲੇ ਦੀ ਧਰਤੀ ਦੇ ਉੱਪਰ ਸ਼ਿਵਰਾਤਰੀ ਦੇ ਮੇਲੇ ਦੇ ਉੱਪਰ ਜਾਣਾ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਸ਼ਹਿਰ ਦਾ ਨਾਮ ਹੈ ਅਚਲ ਅਤੇ ਬਟਾਲਾ। ਇਹ ਪਿੰਡ ਇਹ ਦੋ ਨੇ ਜੀ ਵੱਖੋ ਵੱਖਰੇ ਪਰ ਨਜ਼ਦੀਕ ਹੋਣ ਕਰਕੇ ਇੱਕ ਦੂਜੇ ਦੇ ਇਕੱਠਾ ਹੀ ਇਹਨਾਂ ਦਾ ਨਾਮ ਲਿਆ ਜਾਂਦਾ ਹੈ ਅਚਲ ਬਟਾਲਾ। ਵੈਸੇ ਅਚਲ ਵੱਖਰਾ ਹੈ ਅਤੇ ਬਟਾਲਾ ਵੱਖਰਾ ਹੈ। ਇੱਥੇ ਸ਼ਿਵਰਾਤਰੀ ਫੱਗਣ ਦੇ ਮਹੀਨੇ ਦੇ ਵਿੱਚ ਬਹੁਤ ਵੱਡਾ ਭਾਰੀ ਸ਼ਿਵਰਾਤਰੀ ਦਾ ਮੇਲਾ ਲੱਗਦਾ ਹੈ। ਮੰਨਿਆ ਜਾਂਦਾ ਵੀ ਸ਼ਿਵ ਦੇ ਜਿਹੜੇ ਦੋ ਪੁੱਤਰ ਸਨ ਗਣੇਸ਼ ਜੀ ਔਰ ਕਾਰਤਿਕੇਯ, ਜਦੋਂ ਸ਼ਿਵ ਨੇ ਸੋਚਿਆ ਨਾ ਵੀ ਮੈਂ ਆਪਣੀ ਥਾਂ 'ਤੇ ਆਪਣੇ ਪੁੱਤਰਾਂ ਨੂੰ ਆਪਣੀ ਥਾਂ 'ਤੇ ਬਿਠਾਉਣਾ ਅਤੇ ਦੋਨੇ ਪੁੱਤਰਾਂ ਦੇ ਵਿੱਚੋਂ ਕਿਹਨੂੰ ਬਿਠਾਇਆ ਜਾਏ ਅਤੇ ਦੋਨਾਂ ਪੁੱਤਰਾਂ ਨੂੰ ਕੁੜਲਾ, ਕਿਉਂਕਿ ਦੋਨੇ ਭਗਤੀ ਵਾਲੇ ਸੀ ਸ਼ਿਵ ਵੀ ਅਤੇ ਕਾਰਤਿਕੇਯ ਵੀ। ਤੋ ਫਿਰ ਉਹਨਾਂ ਨੂੰ ਦੋਨਾਂ ਨੂੰ ਕਿਹਾ ਵੀ ਪੂਰੀ ਧਰਤੀ ਦੇ ਸੱਤ ਚੱਕਰ ਲਾ ਕੇ ਆਉਣਾ। ਕਾਰਤਿਕੇਯ ਸੀ ਜਿਹੜਾ
ਉਹ ਆਪਣੀ ਸਵਾਰੀ ਦੇ ਉੱਪਰ ਬੈਠਾ ਅਤੇ ਇੱਦਾਂ ਧਰਤੀ 'ਤੇ ਚੱਕਰ ਲਾਉਣ ਵਾਸਤੇ ਚੱਲ ਪਿਆ। ਗਣੇਸ਼ ਵੀ ਚੱਲ ਪਿਆ, ਪਰ ਉਹ ਕਰਾਹ ਦੇ ਵਿੱਚ ਕੋਈ ਸੰਤ ਸੱਜਣ ਪੁਰਖ ਮਿਲ ਗਿਆ ਕੋਈ। ਉਹਨੇ ਕਿਹਾ ਗਣੇਸ਼ ਕਿੱਧਰ ਜਾਣਾ? ਕਹਿੰਦਾ ਜੀ ਧਰਤੀ ਦੇ 7 ਚੱਕਰ ਲਾਉਣ ਵਾਸਤੇ ਜਾਣਾ, ਗੱਦੀ ਮਿਲੇਗੀ ਪਿਤਾ ਜੀ ਦੀ। ਉਹ ਕਹਿੰਦੇ ਸਾਰੀ ਧਰਤੀ ਦਾ ਚੱਕਰ ਲਾਉਣ ਨਾਲ ਜਿਹੜਾ ਧਰਤੀ ਨੂੰ ਬਣਾਉਣ ਵਾਲਾ ਹੈ, ਚਲਾਉਣ ਵਾਲਾ ਹੈ, ਉਹਦੇ ਚੱਕਰ ਕੱਢ ਲੈ। ਉਹ ਧਰਤੀ ਦੇ ਚੱਕਰ ਹੀ ਹੁੰਦੇ ਆ ਜਿਹਨੂੰ ਆਪਣਾ ਰੱਬ ਮੰਨੀਏ। ਉਹਦੀ ਗੱਲ ਸਮਝ ਵਿੱਚ ਪੈ ਗਈ, ਉਹਨੇ 7 ਚੱਕਰ ਇੱਦਾਂ ਹੀ ਕੱਢ ਲਏ ਸ਼ਿਵ ਦੇ, ਕਿਉਂਕਿ ਉਹ ਪਿਤਾ ਹੈ ਉਹਦਾ। ਉਹ ਕਹਿੰਦੇ ਪਿਤਾ ਤੋਂ ਵੱਡਾ ਪਰਮਾਤਮਾ ਕਿਹੜਾ ਹੁੰਦਾ ਹੈ? ਅਤੇ ਤੇਰਾ ਤੇ ਪਿਤਾ ਵੀ ਸ਼ਿਵ ਵਰਗ ਹੈ, ਸ਼ਿਵ ਤੇਰਾ ਤੇ ਪਿਤਾ। ਤੂੰ ਆਪਣੇ ਪਿਤਾ ਦੇ ਕੱਢ ਲੈ 7 ਚੱਕਰ, ਇਹਨੂੰ ਮੰਨ ਲੈ ਵੀ ਇਸ ਤੋਂ ਵੱਡੀ ਧਰਤੀ ਕੋਈ ਨਹੀਂ ਹੈ, ਉਹਦੇ ਹੁਕਮ ਅੰਦਰ ਹੀ ਹੈ। ਉਹ ਗੁਰਮੁਖ ਕੱਢੇ 7 ਚੱਕਰ, ਉਹ ਸ਼ਿਵ ਬੜੇ ਖੁਸ਼ ਹੋਏ, ਉਹਨਾਂ ਨੇ ਗਣੇਸ਼ ਨੂੰ ਆਪਣੀ ਥਾਂ 'ਤੇ ਬਿਠਾਤਾ। ਉਹ ਕਾਰਤਕੇ ਨੂੰ ਉੱਥੇ ਜਾ ਕੇ ਕਹਿੰਦੇ 7 ਚੱਕਰ ਕੱਟਦਾ ਕੱਟਦਾ, ਅਤੇ ਕਾਰਤਕੇ ਜਦੋਂ ਇੱਥੇ ਬਟਾਲੇ ਪਹੁੰਚਿਆ ਨਾ, ਅਤੇ ਇੱਥੇ ਖਬਰ ਮਿਲ ਗਈ ਵੀ ਉਹ ਤਾਂ ਗੱਦੀ 'ਤੇ ਵੀ ਬਿਠਾ ਤਾ, ਤੂੰ ਚੱਕਰ ਹੀ ਕੱਢਦਾ ਫਿਰਦਾ ਜੀ। ਉਹ ਰੁੱਸ ਗਿਆ ਜੀ, ਉਹ ਉੱਥੇ ਹੀ ਖੜ ਗਿਆ। ਕਹਿੰਦਾ ਮੈਂ ਨਹੀਂ ਅੱਗੇ ਜਾਣਾ। ਅਚੱਲ ਦਾ ਅਰਥ ਹੁੰਦਾ ਨਾ ਚੱਲਣ ਵਾਲਾ, ਚੱਲ ਹੁੰਦਾ ਚੱਲਣਾ, ਅਤੇ ਅਚੱਲ ਕੀ? ਨਾ ਚੱਲਣਾ। ਕਹਿੰਦੇ ਇੱਥੇ ਖੜ ਗਿਆ ਰੁੱਸ ਕੇ ਕਾਰਤ ਕੇ ਵੀ ਮੈਂ ਨਹੀਂ ਇਸ ਤੋਂ ਅੱਗੇ ਜਾਣਾ, ਅਚੱਲ ਹੋ ਗਿਆ ਇੱਥੇ ਆ ਕੇ। ਸ਼ਿਵ ਨੂੰ ਖਬਰ ਮਿਲੀ, ਉਹ ਗਣੇਸ਼ ਦੇ ਨਾਲ ਦੇਵੀ ਦੇਵ 33 ਕਰੋੜ ਦੇਵਤਿਆਂ ਨੂੰ ਇੱਥੇ ਲੈ ਕੇ ਪਹੁੰਚੇ। ਕਾਰਤਕ ਕਹਿੰਦਾ ਬਿਲਕੁਲ ਨਹੀਂ, ਜਾਂ ਗੱਦੀ 'ਤੇ ਬਿਠਾਓ, ਨਹੀਂ ਮੈਂ ਇੱਥੇ ਖੜਾ ਰਹਾਂਗਾ। ਗੱਦੀ 'ਤੇ ਹੁਣ ਬਿਠਾਇਆ ਨਹੀਂ ਸੀ ਜਾ ਸਕਦਾ ਉੱਥੇ, ਉਹ ਜਦ ਕਰਕੇ ਅੜ ਗਿਆ ਵੀ ਮੈਂ ਨਹੀਂ ਇੱਥੋਂ ਜਾਣਾ। ਕਹਿੰਦੇ ਫਿਰ ਸ਼ਿਵ ਨੇ ਕਿਹਾ ਤੂੰ ਇੱਥੇ ਰਹਿ, ਇੱਥੇ ਰਹਿ, ਇੱਥੇ ਤੇਰੀ ਸ਼ੋਭਾ, ਤੇਰੀ ਵਡਿਆਈ, ਤੇਰੀ ਪੂਜਾ ਇੱਥੇ ਹੋ ਜਾਏਗੀ। ਇਹ ਗੁਰਮੁਖੋ ਹਿੰਦੂ ਧਰਮ ਦੀ ਗੱਤ ਹੈ, ਪਰ ਇਸ ਕਰਕੇ ਫਿਰ ਉਸ ਨਗਰ ਦਾ ਨਾਮ ਅਚੱਲ ਪੈ ਗਿਆ ਵੀ ਜਿੱਥੋਂ ਸ਼ਿਵ ਦਾ ਪੁੱਤਰ ਕਾਰਤਕੇ ਅੱਗੇ ਨਹੀਂ ਚੱਲਿਆ। ਅਤੇ ਹਜ਼ਾਰਾਂ ਸਾਲਾਂ ਤੋਂ ਉੱਥੇ ਸ਼ਿਵਰਾਤਰੀ ਦੇ ਸਮੇਂ ਬਹੁਤ ਭਾਰੀ ਮੇਲਾ ਲੱਗਦਾ ਸੀ, ਵੱਡੇ ਵੱਡੇ ਸਿੱਧ ਜੋਗੀ ਜੱਪੀ ਤਪੀ ਸੰਨਿਆਸੀ ਸਾਰੇ ਉੱਥੇ ਆਉਂਦੇ ਸੀ, ਅੱਜ ਵੀ ਲੱਗਦਾ ਉਹ ਮੇਲਾ। ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਰਤਾਰਪੁਰ ਨੇ, ਅਤੇ ਕਰਤਾਰਪੁਰ ਤੋਂ ਕੋਈ ਬਹੁਤੀ ਦੂਰ ਨਹੀਂ ਹੈ। ਤੋਂ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਵੀ ਪਖੰਡ ਜਿਹੜਾ ਹੈ, ਭਰਮ ਜਿਹੜਾ ਹੈ, ਇੱਥੇ ਵੀ ਬੜਾ ਹੁੰਦਾ ਹੈ। ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਫਿਰ ਅਚੱਲ ਬਟਾਲੇ ਪਹੁੰਚ ਗਏ ਸ਼ਿਵਰਾਤਰੀ ਦੇ ਮੇਲੇ 'ਤੇ। ਸ਼ਿਵਰਾਤਰੀ ਦੇ ਮੇਲੇ ਦੇ ਉੱਤੇ ਪਹੁੰਚਣ ਦਾ ਕਾਰਨ ਇਹ ਸੀ ਵੀ ਇਕੱਠ ਬਹੁਤ ਜ਼ਿਆਦਾ ਲੋਕਾਂ ਦਾ ਹੁੰਦਾ ਹੈ, ਥੋੜ੍ਹੀ ਕਹੀ ਹੋਈ ਗੱਲ ਜ਼ਿਆਦਾ ਲੋਕਾਂ ਤੱਕ ਪਹੁੰਚ ਜਾਂਦੀ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਿੱਥੇ ਜਾਂਦੇ ਸਨ ਇਹ ਵੇਖਦੇ ਸੀ ਵੀ ਇਕੱਠ ਕਦੋਂ ਜ਼ਿਆਦਾ ਹੁੰਦਾ ਹੈ, ਜਿੱਥੇ ਵੀ ਬਾਬਾ ਗਿਆ। ਤੋਂ ਗੁਰਮੁਖੋ ਹੁਣ ਉੱਥੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਪਹੁੰਚ ਗਏ। ਆਓ ਆਪਾਂ ਹੁਣ ਨਾਲ ਨਾਲ ਇਹ ਜਿਹੜੀ ਹੈ ਉਹ ਪੌੜੀ ਵਿਚਾਰਦੇ। ਮੇਲਾ ਸੁਣ ਸ਼ਿਵਰਾਤ ਦਾ, ਸ਼ਿਵਰਾਤ ਦਾ ਸ਼ਿਵਰਾਤਰੀ ਦਾ ਮੇਲਾ ਸੁਣ ਕੇ ਬਾਬਾ ਅਚੱਲ ਬਟਾਲੇ ਆਈ, ਦਰਸ਼ਨ ਵੇਖਣ ਕਾਰਨੇ
ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਉਸ ਸਮੇਂ ਘਰ ਘਰ ਬਾਬਾ ਗਾਵੀ ਹੈ, ਕਿਉਂਕਿ ਤਿੰਨ ਜਿਹੜੀਆਂ ਯਾਤਰਾਵਾਂ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਆਂ ਉਦਾਸੀਆਂ ਪੂਰੀਆਂ ਹੋ ਚੁੱਕੀਆਂ ਸੀ। ਪਰ ਇਹ ਜਿਹੜੀ ਘਟਨਾ ਇਹ 1526 ਈਸਵੀ ਦੀ ਹੈ। ਕਰਤਾਰਪੁਰ ਵਸਿਆ ਵੀ 7-8 ਸਾਲ ਹੋ ਚੁੱਕੇ ਸੀ ਇਹ ਕਹਿ ਲਓ, ਜੇ ਆਪਾਂ 19 ਦੇ ਹਿਸਾਬ ਨਾਲ ਲਈਏ ਤਾਂ। ਤੋ ਹੁਣ ਗੁਰੂ ਨਾਨਕ ਸਾਹਿਬ ਦੀ ਮਹਿਮਾ ਵੀ ਘਰ ਘਰ ਪਹੁੰਚ ਚੁੱਕੀ ਸੀ। ਜਦੋਂ ਦੁਨੀਆਂ ਦੇ ਲੋਕਾਂ ਨੇ ਇਹ ਸੁਣਿਆ ਵੀ ਇਸ ਵਾਰ ਅਚੱਲ ਬਟਾਲੇ ਦੇ ਮੇਲੇ 'ਤੇ ਗੁਰੂ ਨਾਨਕ ਸਾਹਿਬ ਪਹੁੰਚ ਗਏ ਹੈ, ਅਤੇ ਜੋਗੀ ਤਾਂ ਆਏ ਸਾਲ ਹੀ ਆਉਂਦੇ ਸੀ, ਬਾਬਾ ਪਹਿਲੀ ਵਾਰ ਆਇਆ ਸੀ, ਇਸ ਕਰਕੇ ਦਰਸ਼ਨ ਵੇਖਣ ਕਾਰਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਲਈ ਔਰ ਗੁਰੂ ਨਾਨਕ ਸਾਹਿਬ ਨੂੰ ਵੇਖਣ ਦੇ ਲਈ ਵੀ ਦੇਖੀਏ ਤਾਂ ਸਹੀ ਜਿਹਦੇ ਅੱਗੇ ਸਾਰੀ ਦੁਨੀਆ ਝੁਕ ਗਈ ਉਹ ਹੈ ਕਿੱਦਾਂ ਦਾ। ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੋਕਾਈ, ਉਲਟ ਦਾ ਕੀ ਅਰਥ ਹੁੰਦਾ? ਉਲਟ ਜਾਣਾ, ਬਦਲ ਜਾਣਾ। ਸਾਰੀ ਲੁਕਾਈ ਦਾ ਅਰਥ ਹੈ ਉਹ ਸਾਰੇ ਲੋਕ ਉਲਟ ਗਏ, ਜਿਹੜੇ ਜੋਗੀਆਂ ਦੇ ਕੋਲ ਜਾ ਕੇ ਸਿੱਧਾਂ ਦੇ ਕੋਲ ਜਾ ਕੇ ਬੈਠਦੇ ਸੀ ਉਹ ਸਾਰੇ ਬਾਬੇ ਨਾਨਕ ਵੱਲ ਉਲਟ ਪਏ ਸਾਰੇ। ਇੱਦਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਆਲੇ ਦੁਆਲੇ ਇੱਦਾਂ ਗੁਰਮੁਖੋ ਭੀੜਾਂ ਦੀਆਂ ਭੀੜਾਂ ਲੱਗ ਗਈਆਂ। ਜਿਹੜੇ ਵੱਡੇ ਵੱਡੇ ਜੋਗੀ ਸੀ, ਜਿਨ੍ਹਾਂ ਨੂੰ ਮਾਣ ਸੀ, ਔਰ ਅੱਗੇ ਅੱਗੇ ਇਹ ਕਿਉਂਕਿ ਚਾਰ ਪੌੜੀਆਂ ਨੇ ਇਹ ਅਚੱਲ ਬਟਾਲੇ ਦੀਆਂ, ਅੱਗੇ ਆਪਾਂ ਦੇਖਾਂਗੇ ਜਿਹੜੇ ਜੋਗੀ ਸੁਮੇਰ ਪਰਬਤ ਦੇ ਉੱਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਮਿਲੇ ਉਹ ਸਾਰੇ ਇੱਥੇ ਪਹੁੰਚੇ, ਅਚੱਲ ਬਟਾਲੇ ਇੱਥੇ ਪਹੁੰਚੇ। ਇਸ ਕਰਕੇ ਸਗਲੀ ਉਲਟ ਪਈ ਲੋਕਾਈ, ਸਾਰੀ ਜਿਹੜੀ ਲੋਕਾਈ ਸੀ, ਸਾਰੇ ਲੋਕ ਸੀ ਜਿਹੜੇ, ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਵੱਲ ਉਲਟ ਪਈ। ਲੱਗੀ ਬਰਸਨ ਲਛਮੀ, ਲਛਮੀ ਦਾ ਅਰਥ ਹੈ ਧਨ ਦੌਲਤ। ਹੁਣ ਬਾਬੇ ਦੇ ਸਾਹਮਣੇ ਲੋਕ ਇੱਦਾਂ ਨਮਸਕਾਰਾਂ ਕਰਦੇ ਨੇ ਅਤੇ ਪੈਸਾ ਲਛਮੀ ਧਨ ਰੱਖਦੇ ਨੇ, ਤੋ ਇੰਨੀ ਬਰਸਣ ਦਾ ਅਰਥ ਹੈ ਬਹੁਤ ਜ਼ਿਆਦਾ। ਜਦੋਂ ਲਛਮੀ ਆ ਜਾਏ ਨਾ ਘਰ ਦੇ ਵਿੱਚ, ਫਿਰ ਬੰਦਾ ਕਹਿੰਦਾ ਜੀ ਲਛਮੀ ਬਰਸ ਰਹੀ ਹੈ। ਇਹ ਤਾਂ ਬਹੁਤ ਜ਼ਿਆਦਾ ਧਨ ਸੀ ਜਿਹੜਾ ਉਹ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਅੱਗੇ ਲੋਕਾਂ ਨੇ ਰੱਖ ਰੱਖ ਕੇ ਨਮਸਕਾਰਾਂ ਕੀਤੀਆਂ। ਰਿੱਧ ਸਿੱਧ ਨੌ ਨਿੱਧ ਸਵਾਈ, ਮਾਨੋ ਸਾਰੀਆਂ ਰਿੱਧੀਆਂ ਸਿੱਧੀਆਂ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਆ ਗਈਆਂ ਹੋਣ। ਜੋਗੀ ਦੇ ਚਲਿੱਤਰ ਨੋ, ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਇਸ ਚਰਿੱਤਰ ਦਾ ਭਾਵ ਹੈ ਕੌਤਕ ਨੂੰ ਦੇਖ ਕੇ, ਇਸ ਖੇਡ ਨੂੰ ਦੇਖ ਕੇ ਮਨ ਵਿੱਚ ਰਿਸਕ, ਜੋਗੀਆਂ ਦੇ ਮਨ ਵਿੱਚ ਰਿਸਕ ਆ ਗਈ। ਰਿਸਕ ਦਾ ਅਰਥ ਹੁੰਦਾ ਖੁੰਦਕ ਆ ਜਾਣੀ, ਈਰਖਾ, ਜੋਗੀਆਂ ਦੇ ਮਨ ਵਿੱਚ ਈਰਖਾ ਆਉਣ ਲੱਗੀ ਵੀ ਆਹ ਬਾਬਾ ਚੰਗਾ ਆ ਗਿਆ ਸਵਾਲ। ਅੱਗੇ ਹਜ਼ਾਰਾਂ ਲੋਕ ਸਾਡੇ ਅੱਗੇ ਮੱਥਾ ਟੇਕਦੇ ਸੀ, ਸਾਡੇ ਅੱਗੇ ਇੱਦਾਂ ਸਾਡੇ ਅੱਗੇ ਆਸੇ ਪਾਸੇ ਜੁੜ ਕੇ ਬੈਠਦੇ ਸੀ, ਹੁਣ ਸਾਡੇ ਵਾਲੇ ਆਸਣ ਸਾਰੇ ਜੋਗੀਆਂ ਦੇ ਆਸਣ ਗੁਰਮੁਖੋਂ ਸਾਰੇ ਖਾਲੀ ਪਏ ਆ, ਦੋ ਦੋ ਚਾਰ ਚਾਰ ਬੰਦੇ ਬੈਠੇ ਆ, ਅਤੇ ਬਾਬੇ ਦੇ ਆਲੇ ਦੁਆਲੇ ਲੱਖਾਂ ਦੀ ਭੀੜ ਹੋ ਗਈ। ਤੋ ਜੋਗੀ ਦੇ ਚਲਿੱਤਰ ਨੋ, ਜੋਗੀ ਇਸ ਚਰਿੱਤਰ ਇਸ ਕੌਤਕ ਤਮਾਸ਼ੇ ਨੂੰ ਦੇਖ ਕੇ ਮਨ ਵਿੱਚ ਰਿਸਕ ਕਨੇਰੀ ਖਾਈ, ਜੋਗੀਆਂ ਦੇ ਮਨ ਵਿੱਚ ਖੁੰਦਕ ਆਉਣ ਲੱਗੀ।
ਜੋਗੀਆਂ ਦੇ ਮਨ ਵਿੱਚ ਈਰਖਾ ਆਉਣ ਲੱਗੀ ਵੀ ਅਸੀਂ ਵੀ ਸਿੱਧ ਹਾਂ, ਅਸੀਂ ਵੀ ਜੱਪੀ ਤੱਪੀ ਹਾਂ ਅਤੇ ਬਾਬਾ ਗ੍ਰਸਤੀ ਹੈ। ਅਤੇ ਅਕਸਰ ਨਾ ਤੁਸੀਂ ਇਹ ਦੇਖੋ ਜੀ ਧਿਆਨ ਦੇ ਨਾਲ, ਗ੍ਰਸਤੀ ਬੰਦੇ ਕਈ ਵਾਰ ਤਿਆਗੀਆਂ ਦੇ ਅੱਗੇ ਝੁੱਕ ਕੇ ਨਮਸਕਾਰਾਂ ਕਰਦੇ ਆ। ਅਤੇ ਗੁਰਮੁਖੋ ਜਿਹੜੇ ਤਿਆਗੀ ਹੁੰਦੇ ਆ ਨਾ, ਆਪੇ ਆਪ ਨੂੰ ਤਿਆਗੀ ਕਹਾਉਣ ਵਾਲੇ ਬਾਬੇ, ਉਹ ਗ੍ਰਸਤੀਆਂ ਦੇ ਘਰੋਂ ਖਾਈ ਵੀ ਜਾਂਦੇ ਆ ਅਤੇ ਨਿੰਦਿਆ ਵੀ। ਗ੍ਰਸਤ ਤਾਂ ਜੀ ਮਾਇਆ ਦਾ ਜਾਲ ਹੁੰਦਾ ਹੈ, ਤੁਸੀਂ ਖਾਣੇ ਤਾਂ ਗ੍ਰਸਤੀਆਂ ਦਾ, ਇਹ ਇੱਦਾਂ ਹੀ ਕਰਦੇ ਆ। ਉਹ ਜੋਗੀ ਵੀ ਇੱਦਾਂ ਹੀ ਕਰਦੇ ਸੀ, ਗ੍ਰਸਤੀਆਂ ਨੂੰ ਨਿੰਦਦੇ ਵੀ ਸੀ, ਗ੍ਰਸਤ ਨੂੰ ਜੰਜਾਲ ਵੀ ਕਹਿੰਦੇ ਸੀ ਅਤੇ ਗ੍ਰਸਤੀਆਂ ਦੇ ਕੋਲੋਂ ਮੰਗ ਮੰਗ ਕੇ ਖਾਂਦੇ ਵੀ ਸੀ। ਤਾਂ ਹੀ ਬਾਬੇ ਨੇ ਕਿਹਾ ਨਾ, ਉਹਨਾਂ ਕੇ ਘਰ ਮੰਗਣ ਜਾਈ, ਜਿਨ੍ਹਾਂ ਨੂੰ ਮਾੜਾ ਕਹਿੰਦੇ ਹੋ ਉਹਨਾਂ ਦੇ ਘਰ ਮੰਗਣ ਵੀ ਚਲੇ ਜਾਂਦੇ ਹੋ, ਫਿਰ ਉਹਨਾਂ ਦਾ ਖਾਣਾ ਚੰਗਾ ਹੋ ਗਿਆ ਅਤੇ ਉਹ ਮਾੜੇ ਹੋ ਗਏ। ਬਾਬੇ ਨੇ ਕਿਹਾ ਸੀ ਜੋਗੀਆਂ ਨੂੰ ਇੱਕ ਥਾਂ, ਤੋ ਭਗਤੀਆਂ ਪਾਈ ਭਗਤ ਆਣ। ਹੁਣ ਜਿਹੜੇ ਗੁਰਮੁਖੋ ਭਗਤੀਆਂ, ਭਗਤੀਆਂ ਦਾ ਕੀ ਅਰਥ ਹੈ, ਉੱਥੇ ਭਗਤੀਆਂ ਕਰਨ ਵਾਲੇ ਜੋਗੀ ਸੀ ਜਿਹੜੇ, ਹੁਣ ਤੁਸੀਂ ਸਮਝੋ ਜੇ ਇੱਥੇ ਕੌਤਕ ਕੀ ਵਰਤਿਆ। ਭਗਤੀਆਂ ਪਾਈ ਭਗਤ ਆਣ, ਭਗਤੀਆਂ ਨੇ ਆਪਣੀ ਭਗਤੀ ਦੇ ਕੌਤਕ ਕਰਨੇ ਸ਼ੁਰੂ ਕਰ ਦਿੱਤੇ। ਉੱਥੇ ਇੱਕ ਜੋਗੀ ਨੇ ਕੀ ਕੀਤਾ ਕਿ ਇੱਦਾਂ ਇਸੇ ਨਾ ਇਸੇ ਹੀ ਅਚਲ ਬਟਾਲੇ ਦੀ ਧਰਤੀ 'ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇੱਕ ਸ਼ਬਦ ਵੀ ਉਚਾਰਨ ਕੀਤਾ। ਗੁਰੂ ਅੱਗੇ ਤੁਹਾਨੂੰ ਦਿਖਾਵਾਂ, ਦਰਸ਼ਨ ਕਰਾਵਾਂਗੇ ਸ਼ਬਦ ਦੇ। ਤੋ ਉੱਥੇ ਕੀ ਹੋਇਆ, ਇੱਕ ਜਿਹੜਾ ਜੋਗੀ ਸੀ ਨਾ, ਇੱਦਾਂ ਸਮਾਧੀ ਲਾ ਕੇ, ਇੱਦਾਂ ਜਿਹੜਾ ਪਦਮ ਆਸਣ ਕਰਕੇ ਬੈਠਾ। ਪਦਮ ਆਸਣ ਜਿਹੜਾ ਹੁੰਦਾ ਉਹ ਇਹ ਹੁੰਦਾ ਵੀ ਖੱਬਾ ਜਿਹੜੀ ਲੱਤ ਹੈ ਉਹ ਸੱਜੇ ਪਾਸੇ, ਜਿਹੜਾ ਖੱਬੇ ਪਾਸੇ, ਇਹਨੂੰ ਪਦਮ ਆਸਣ ਕਹਿੰਦੇ। ਇੱਦਾਂ ਪਦਮ ਆਸਣ ਲਾ ਕੇ ਅਤੇ ਇੱਦਾਂ ਅੰਗੂਠ, ਇਹ ਅੰਗੂਠਾ ਅਤੇ ਦੋ ਅੰਗੂਠੇ ਦੀਆਂ ਉਂਗਲੀਆਂ, ਇਹਨੂੰ ਆਂਟ ਕਹਿੰਦੇ ਆ, ਬਾਣੀ 'ਚ ਇਹਦਾ ਸ਼ਬਦ ਆਂਟ ਵਰਤਿਆ। ਇੱਦਾਂ ਨੱਕ ਪਕੜ ਕੇ ਅਤੇ ਇੱਦਾਂ ਸਮਾਧੀ ਲਾ ਕੇ ਬੈਠਾ ਸੀ ਇੱਕ ਵੱਡਾ ਜੋਗੀ, ਅਤੇ ਉਹਦੇ ਅਗਲੇ ਪਾਸੇ ਲੋਟਾ ਰੱਖਿਆ ਹੋਇਆ, ਉਹਨੇ ਲੋਟਾ ਰੱਖਿਆ ਹੋਇਆ, ਇੱਦਾਂ ਚੌਂਕਣਾ ਪਦਮ ਆਸਣ ਮਾਰਿਆ ਹੋਇਆ, ਅੱਖਾਂ ਬੰਦ ਕੀਤੀਆਂ ਹੋਈਆਂ ਨੇ ਅਤੇ ਆਂਟ ਇੱਦਾਂ ਨੱਕ ਪਕੜਿਆ ਹੋਇਆ। ਅਤੇ ਜਿਹੜੇ ਨਾਲ ਦੇ ਚੇਲੇ ਨੇ ਉਹ ਉਹ ਲੋਕਾਂ ਨੂੰ ਕਹਿੰਦੇ ਨੇ, ਕਹਿੰਦੇ ਇਸ ਸੰਤ ਜੀ ਨੂੰ, ਇਸ ਜੋਗੀ ਜੀ ਨੂੰ ਤਿੰਨ ਲੋਕਾਂ ਦੇ ਦਰਸ਼ਨ ਹੋ ਰਹੇ ਆ, ਨਮਸਕਾਰਾਂ ਕਰੋ ਇਹਨੂੰ। ਤਿੰਨ ਲੋਕਾਂ ਦੇ ਤਰਲੋਕੀ ਦਰਸ਼ਨ ਹੋ ਰਹੇ ਆ। ਹੁਣ ਗੁਰਮੁਖੋ ਕਿਹਨੇ ਤਰਲੋਕੀ ਦੇਖੀ ਅਤੇ ਕਿਹਨੇ ਪੁੱਛਣਾ ਸੀ, ਬਸ ਨਾਲ ਦਿਆਂ ਨੇ ਕਹਿ ਦਿੱਤਾ ਅਤੇ ਅੱਗੇ ਲੋਟਾ ਪਿਆ ਅਤੇ ਇੱਦਾਂ ਉਹਦੇ ਅੰਦਰ ਪੈਸੇ ਲੋਕ ਸੁੱਟ ਕੇ ਮੱਥਾ ਟੇਕੀ ਜਾਂਦੇ ਆ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਦੇਖ ਲਿਆ ਵੀ ਇੱਕ ਪਾਸੇ ਮਾਇਆ ਨੂੰ ਨਿੰਦਦੇ ਹੈ, ਗ੍ਰਸਤੀਆਂ ਨੂੰ ਨਿੰਦਦੇ ਹੈ, ਅਤੇ ਦੂਜੇ ਪਾਸੇ ਲੋਟਾ ਰੱਖੀ ਬੈਠੇ ਆ ਮਾਇਆ ਕਰਕੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨਾਲ ਸਨ ਭਾਈ ਮਰਦਾਨਾ ਜੀ ਦੇ ਪੁੱਤਰ ਸੁਜਾਦਾ ਜੀ। ਗੁਰੂ ਪਾਤਸ਼ਾਹ ਨੇ ਕਿਹਾ, ਭਾਈ ਸੁਜਾਦੇ ਇਹ ਲੋਟਾ ਚੱਕ ਕੇ ਇਹਦੇ ਪਿੱਛੇ ਰੱਖ ਦੇ, ਕਿਤੇ ਹੋਰ ਵੀ ਨਹੀਂ ਰੱਖਣਾ, ਇਹਦੇ ਪਿੱਛੇ ਰੱਖ ਦੇ ਲੋਟਾ, ਪਰਲੇ ਪਾਸੇ ਦੀ ਹੋ ਕੇ। ਗੁਰਮੁਖੋ ਲੋਟਾ ਚੱਕਿਆ ਅਤੇ ਜੋਗੀ ਦੇ ਪਿਛਲੇ ਪਾਸੇ ਇੱਦਾਂ ਰੱਖਤਾ। ਜਦੋਂ ਰੱਖਤਾ, ਹੁਣ ਹੁੰਦਾ ਕੀ ਸੀ, ਉਸ ਸਮੇਂ ਜਿਹੜੇ ਪੈਸੇ ਹੁੰਦੇ ਸੀ ਉਹ ਚਾਂਦੀ ਦੇ ਧਾਤ ਦੇ ਬਣੇ ਹੁੰਦੇ ਸੀ, ਅੱਜ ਵਾਂਗ ਕਾਗਜ਼ ਦੇ ਨਹੀਂ ਸੀ ਬਣੇ ਹੁੰਦੇ, ਅਤੇ ਲੋਕ ਇੱਦਾਂ ਲੋਟ 'ਚ ਪੈਸੇ ਸਿੱਟਦੇ ਸੀ ਅਤੇ ਖੜਕਾ ਹੁੰਦਾ ਸੀ ਪੈਸਿਆਂ ਦਾ, ਪੈਸਿਆਂ ਦਾ ਖੜਕਾ ਹੋ ਰਿਹਾ, ਕੰਨਾਂ 'ਚ ਖੜਕਾ ਪੈ ਰਿਹਾ, ਅਤੇ ਜੋਗੀ ਜਿਹੜਾ ਹੈ ਉਹ ਇੱਦਾਂ ਅੱਖਾਂ ਬੰਦ ਕਰਕੇ ਬੈਠਾ ਵੀ ਡਿੱਗ ਰਹੀ ਹੈ ਮਾਇਆ।
ਵੀ ਮਾਇਆ ਡਿੱਗਰੀ ਖੜਕਾ ਹੋ ਰਿਹਾ, ਤੇ ਰਾਮ ਨਾਲ ਬੈਠਾ ਸੀ, ਜੜ ਤਾਂ ਖੜਕਾ ਹੁੰਦਾ ਰਹੇਗਾ, ਆਪਾਂ ਰਾਮ ਦੇ ਨਾਲ ਬੈਠੇ ਰਹਾਂਗੇ। ਜੇ ਅੱਖਾਂ ਬੰਦ ਕਰਕੇ ਬਿਨਾਂ ਕੰਮ ਕੀਤਿਆਂ ਏਦਾਂ ਮਾਇਆ ਡਿੱਗਦੀ ਹੈ ਤੇ ਕੀ ਹਰਜਾ ਬੈਠਣ 'ਚ, ਇਸ ਕਰਕੇ ਉਹ ਬੈਠਾ ਸੀ। ਅੱਛਾ, ਗੁਰੂ ਜਦੋਂ ਪਿਛਲੇ ਪਾਸੇ ਲੈ ਕੇ ਲੋਟਾ ਏਡਾ ਰੱਖ, ਇਹ ਕਹਿ ਲਓ ਵੀ ਲੋਟਾ ਛੁਪਾ ਦਿੱਤਾ, ਕਿਸੇ ਜੋਗੀ ਨੂੰ ਕੋਈ ਪਤਾ ਲੋਟਾ ਕਿੱਥੇ ਹੈ, ਲੋਟਾ ਬਾਬੇ ਨੇ ਛੁਪਾ ਦਿੱਤਾ। ਜਦੋਂ ਲੋਟਾ ਛੁਪਾਇਆ ਤੇ ਉਹ ਹੁਣ ਜਿਹੜਾ ਆਵਾਜ਼ ਕਰਨਾ ਸੀ ਉਹ ਬੰਦ ਹੋ ਗਈ। ਜਦੋਂ ਆਵਾਜ਼ ਬੰਦ ਹੋ ਗਈ ਤੇ ਜੋਗੀ ਨੂੰ ਲੱਗ ਗਿਆ ਪਤਾ ਵੀ ਗੜਬੜ ਕੋਈ ਹੋ ਗਈ। ਇੱਕ ਅੱਖ ਖੋਲ੍ਹ ਕੇ ਦੇਖੀ ਤੇ ਲੋਟਾ ਹੈ ਹੀ ਨਹੀਂ, ਲੋਟਾ ਹੈ ਹੀ ਨਹੀਂ, ਇਹ ਅੱਖਾਂ ਦੂਜੀ ਵੀ ਖੋਲ੍ਹ ਲਈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਥੋੜ੍ਹੀ ਦੂਰ ਇੱਦਾਂ ਜੋਗੀ ਨੂੰ ਵੇਖ ਰਹੇ ਆ, ਤੇ ਜੋਗੀ ਜਾਣਦਾ ਸੀ ਬਾਬੇ ਨਾਨਕ ਸਾਹਿਬ ਨੂੰ, ਲੋਟਾ ਅੱਗੇ ਹੈ ਨਹੀਂ, ਥੋੜ੍ਹੀ ਦੂਰ ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੋਲ ਬੈਠੇ ਹੈ। ਜੋਗੀ ਨੂੰ ਪਤਾ ਲੱਗ ਗਿਆ ਵੀ ਸ਼ਰਾਰਤ ਇਸ ਬਾਬੇ ਦੀ ਹੈ, ਵੀ ਹੋਰ ਕਿਸੇ 'ਚ ਤਾਕਤ ਨਹੀਂ ਹੈ, ਹੋਰ ਕਿਸੇ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਵੀ ਮੇਰਾ ਲੋਟਾ ਚੱਕ ਸਕੇ। ਇਹ ਜਿਤਨਾ ਵੀ ਕੁਛ ਕੀਤਾ ਇਹ ਗੁਰੂ ਨਾਨਕ ਨੇ ਕੀਤਾ ਹੈ। ਜੋਗੀ ਨੂੰ ਇਸ ਗੱਲ ਦਾ ਪਤਾ ਲੱਗਿਆ। ਹੁਣ ਇੱਥੇ ਭਾਈ ਗੁਰਦਾਸ ਸਿੰਘ ਉਹੀ ਗੱਲ ਕਰ ਰਹੇ ਆ, ਭਗਤੀਆਂ ਭਾਈ ਭਗਤ ਆਣ, ਭਗਤੀ ਹੈ ਜਿਹੜੀ ਸੀ ਆਪਣੀ ਅੱਖਾਂ ਨੂੰ ਬੰਦ ਕਰਕੇ ਭਗਤੀ ਕਰਨ ਲੱਗੇ, ਲੋਟਾ ਜੋਗੀ ਲਿਆ ਛਪਾਈ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਉਹਨਾਂ ਦਾ ਲੋਟਾ ਛਪਾ ਲਿਆ। ਭਗਤੀਆਂ ਗਈ ਭਗਤ ਭੁੱਲ, ਤੇ ਭਗਤੀਆਂ ਕਰਨ ਵਾਲੇ ਨੂੰ ਭਗਤੀ ਭੁੱਲ ਗਈ, ਲੋਟਾ ਲੁਕੋਤਾ ਜਦੋਂ। ਲੋਟੇ ਅੰਦਰ ਸੁਰਤ ਭਲਾਈ, ਕਿਉਂਕਿ ਜਿਹੜੀ ਸੁਰਤ ਸੀ ਉਹ ਤਾਂ ਲੋਟੇ ਦੇ ਵਿੱਚ ਸੀ, ਉਹ ਤਾਂ ਸਾਰੀ ਭੁੱਲ ਗਈ ਸੁਰਤ, ਹੁਣ ਲੋਟਾ ਛੁਪ ਗਿਆ ਕਿਹਦੇ ਪਾਸੇ। ਬਾਬਾ ਜਾਣੀ ਜਾਣ ਪੁਰਖ, ਜਾਣੀ ਜਾਣ ਦਾ ਕੀ ਅਰਥ, ਜਾਣਨ ਵਾਲਾ। ਹੁਣ ਜੋਗੀ ਨੇ ਸੋਚਿਆ ਵੀ ਇਹ ਗੱਲ ਨੂੰ ਸਾਰੀ ਨੂੰ ਬਾਬਾ ਨਾਨਕ ਜਾਣਦਾ ਹੈ, ਬਾਬਾ ਜਾਣੀ ਜਾਣ ਪੁਰਖ। ਹੁਣ ਜਦੋਂ ਇਹ ਪਤਾ ਲੱਗਿਆ ਜੋਗੀਆਂ ਨੂੰ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਕਹਿੰਦੇ, ਹੇ ਨਾਨਕ ਲੋਟਾ ਕਿੱਥੇ ਛੁਪਾਇਆ, ਦੱਸ ਸਾਡਾ ਲੋਟਾ ਕਿੱਥੇ ਹੈ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ, ਜੋਗੀ ਜੀ ਤੁਹਾਨੂੰ ਤੇ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਹੈ, ਸਵਰਗ ਲੋਕ 'ਚ ਕੀ ਚੱਲ ਰਿਹਾ ਹੈ, ਪਤਾਲ ਲੋਕ 'ਚ ਕੀ ਚੱਲ ਰਿਹਾ ਹੈ, ਇਸ ਮਾਤ ਲੋਕ ਵਿੱਚ ਕੀ ਕੁਛ ਹੋ ਰਿਹਾ, ਤੁਹਾਨੂੰ ਤੇ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਹੈ ਨਾ, ਇਹਦਾ ਅਰਥ ਇਹ ਬਣਦਾ ਨਾ ਵੀ ਤਿੰਨਾਂ ਲੋਕਾਂ 'ਚ ਜੋ ਕੁਛ ਵੀ ਹੋ ਰਿਹਾ ਹੈ ਸਭ ਕੁਛ ਤੁਹਾਨੂੰ ਪਤਾ ਹੈ, ਦਿਖ ਰਿਹਾ ਹੈ ਤੁਹਾਨੂੰ। ਕਹਿਣ ਲੱਗਾ ਜੀ ਬਿਲਕੁਲ। ਫਿਰ ਪਾਤਸ਼ਾਹ ਕਹਿੰਦੇ, ਇਹ ਤਾਂ ਐਸੇ ਲੋਕ ਦੀ ਕਹਾਣੀ ਹੈ, ਤੁਹਾਡਾ ਲੋਟਾ ਗੁੰਮ ਹੋ ਗਿਆ, ਤੁਹਾਡਾ ਲੋਟਾ ਗਵਾਚ ਗਿਆ, ਇਹ ਤੇ ਇਸੇ ਹੀ ਲੋਕ ਦੀ ਕਹਾਣੀ ਹੈ। ਜੇ ਤੁਹਾਨੂੰ ਤਿੰਨ ਲੋਕਾਂ ਦੀ ਦਰਸ਼ਨ ਹੋ ਰਹੇ ਨੇ, ਤਿੰਨ ਲੋਕਾਂ 'ਚ ਕੀ ਹੋ ਰਿਹਾ ਇਹ ਪਤਾ ਹੈ, ਤੇ ਤੁਹਾਡੇ ਆਸੇ ਪਾਸੇ ਕੀ ਹੋਇਆ ਤੁਹਾਨੂੰ ਪਤਾ ਹੀ ਹੋਏਗਾ, ਮੈਨੂੰ ਕਿਉਂ ਪੁੱਛਦੇ ਪਏ ਹੋ। ਹੁਣ ਕੋਈ ਜੋਗੀ ਫਸ ਗਿਆ, ਜੇ ਤੇ ਹੁਣ ਇਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਤਾਂ ਪੋਲ ਖੁੱਲਦੀ ਹੈ ਵੀ ਜੇ ਤੈਨੂੰ ਨਾਲ ਭਾਈ ਲੋਟੇ ਦਾ ਨਹੀਂ ਪਤਾ ਤੇ ਤਰਲੋਕੀ ਦਾ ਦਰਸ਼ਨ ਪਖੰਡ ਹੈ ਫਿਰ। ਪਰ ਅਸਲ ਵਿੱਚ ਉਹ ਲੋਟੇ ਦਾ ਪਤਾ ਕੋਈ ਨਹੀਂ। ਹੁਣ ਜੋਗੀ ਫਸ ਗਿਆ, ਹੁਣ ਗੁਰੂ ਨਾਨਕ ਸਾਹਿਬ ਦੀਆਂ ਮਿੰਨਤਾਂ ਕੱਢਦੇ ਆ, ਬਾਬਾ ਲੋਟਾ ਦੇ, ਸਾਡਾ ਲੋਟਾ ਦੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਰੀ ਦੁਨੀਆਂ ਨੂੰ ਕਿਹਾ, ਦੇਖਿਆ ਭਾਈ
ਦੁਨੀਆਂ ਦੇ ਲੋਕੋ ਦੇਖਿਆ, ਭਰਮ ਦੇ ਵਿੱਚ ਪਏ ਲੋਕੋ ਦੇਖੋ, ਇਹਨਾਂ ਨੂੰ ਆਪਣੇ ਕੋਲੇ ਪਿਆ ਲੋਟਾ ਕਿੱਧਰ ਗਿਆ ਇਹ ਨਹੀਂ ਦਿਖਦਾ। ਤੇ ਇਹ ਦਾਵਾ ਇਹ ਕਰਦੇ ਪਏ ਆ ਵੀ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਹੈ, ਤਿੰਨ ਲੋਕਾਂ ਦੇ ਅੱਜ ਵੀ ਚੱਲਦਾ। ਚੰਗੇ ਭਲੇ ਕਹਿਣ ਕਿਸੇ ਨੂੰ ਬਾਬਾ ਜੀ ਬ੍ਰਹਮ ਗਿਆਨੀ ਹੈ, ਬ੍ਰਹਮ ਦਾ ਗਿਆਨ ਹੈ, ਬਾਬੇ ਨੂੰ ਇਹ ਨਹੀਂ ਪਤਾ ਹੁੰਦਾ ਡੇਰੇ 'ਚ ਮੇਰੇ 'ਚ ਕੀ ਹੋ ਰਿਹਾ, ਬਾਬੇ ਨੂੰ ਨਹੀਂ ਪਤਾ ਮੇਰੇ ਡੇਰੇ 'ਚ ਕੀ ਕਰਤੂਤਾਂ ਹੋ ਰਹੀਆਂ, ਮੇਰੇ ਚੇਲੇ ਕੀ ਕੁਛ ਕਰਦੇ ਪਏ ਆ, ਪਰ ਕਹਿੰਦੇ ਬਾਬਾ ਬ੍ਰਹਮ ਗਿਆਨੀ ਹੈ। ਬਿਲਕੁਲ ਉਹੀ ਹੈ ਇਹ ਹਾਲਤ ਵੀ ਲੋਟੇ ਦਾ ਸਾਹਮਣੇ ਪੈਦਾ, ਪਤਾ ਨਹੀਂ ਵੀ ਹੈ ਕਿੱਥੇ ਹੈ, ਪਰ ਕਹਿੰਦੇ ਦਰਸ਼ਨ ਤਰਲੋਕੀ ਦੇ ਹੋ ਰਹੇ ਆ। ਤੋ ਧਿਆਨ ਦਿਓ, ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਗੁਰਮੁਖ ਅਚਲ ਬਟਾਲੇ ਦੀ ਧਰਤੀ ਦੇ ਉੱਤੇ ਫਿਰ ਜਿਹੜਾ ਸੀ ਇੱਕ ਜਿਹੜਾ ਸ਼ਬਦ ਹੈ ਉਹ ਉਚਾਰਨ ਕੀਤਾ। ਇਹ ਸ਼ਬਦ ਹੈ ਜੀ, ਗੁਰੂ ਨਾਨਕ ਸਾਹਿਬ ਧਨਾਸੀ ਲੱਗਦਾ ਇਹ ਸ਼ਬਦ ਹੈ, ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਸ਼ਬਦ ਸੀ ਜਿਹੜਾ ਉਚਾਰਨ ਕੀਤਾ। ਇਹ ਸ਼ਬਦ ਕੀ ਹੈ? ਕਾਲ ਨਾਹੀਂ ਜੋਗ ਨਾਹੀਂ ਨਾਹੀਂ ਸੱਤ ਕਾ ਢੱਬ। ਕਾਲ ਨਾਹੀਂ ਦਾ ਅਰਥ ਹੈ ਸਮਾਂ ਨਹੀਂ ਹੈ, ਕਾਲ ਦਾ ਕੀ ਅਰਥ ਹੈ ਇਹ ਉੱਥੇ ਫਿਰ ਇਹ ਸ਼ਬਦ ਉਚਾਰਨ ਕੀਤਾ ਬਾਬੇ ਨੇ, ਕਾਲ ਦਾ ਅਰਥ ਹੈ ਸਮਾਂ। ਹੇ ਭਾਈ ਕਾਲ ਨਾਹੀਂ ਨਹੀਂ ਹੈ ਸਮਾਂ, ਯੋਗ ਨਾਹੀਂ ਯੋਗ ਅਰਥ ਮਿਲਾਪ, ਇਹ ਮਿਲਾਪ ਦਾ ਤਰੀਕਾ ਵੀ ਨਹੀਂ ਹੈ, ਨਾ ਹੀ ਸੱਤ ਕਾ ਢੱਬ, ਅਤੇ ਇਹ ਸੱਤ ਦਾ ਕੀ ਅਰਥ ਹੁੰਦਾ ਉੱਚਾ ਆਚਰਨ, ਇਹ ਉੱਚੇ ਆਚਰਨ ਪ੍ਰਾਪਤ ਕਰਨ ਦਾ ਕੋਈ ਤਰੀਕਾ ਵੀ ਨਹੀਂ ਹੈ। ਜਿਹੜਾ ਇਹ ਯੋਗੀ ਕਰ ਰਹੇ ਹੈ ਇੱਦਾਂ ਅੱਖਾਂ ਬੰਦ ਕਰਕੇ ਅਤੇ ਇੱਦਾਂ ਨੱਕ ਪਕੜ ਕੇ ਇੱਦਾਂ ਪਰਮਾਤਮਾ ਨੂੰ ਪਾਉਣਾ, ਇਹ ਕਲਯੁੱਗ ਦੇ ਸਮੇਂ ਵਿੱਚ ਇੱਦਾਂ ਨਹੀਂ ਚੱਲਦਾ। ਕਲਯੁੱਗ ਦੇ ਸਮੇਂ ਦੇ ਵਿੱਚ ਕਾਲ ਨਾਹੀਂ, ਅੱਖਾਂ ਬੰਦ ਕਰਕੇ ਇਹ ਆਸਨ ਪਦਮ ਆਸਨ ਕਰਨੇ ਇਹਦਾ ਸਮਾਂ ਨਹੀਂ ਹੈ, ਆਸਨਾਂ ਦਾ ਸਮਾਂ ਨਹੀਂ ਹੈ। ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿੰਦੇ ਕਾਲ ਨਾਹੀਂ ਯੋਗ ਨਾਹੀਂ ਨਾਹੀਂ ਸੱਤ ਕਾ ਢੱਬ, ਥਾਂ ਨਸ਼ਟ ਜੱਗ ਭ੍ਰਿਸ਼ਟ ਹੋਏ। ਜੱਗ ਦੇ ਵਿੱਚ ਜਿਹੜੇ ਥਾਂ ਨਸ਼ਟ ਨੇ ਇਹ ਥਾਵਾਂ ਭ੍ਰਿਸ਼ਟ ਹੋ ਗਈਆਂ ਨੇ। ਥਾਂ ਨਸ਼ਟ ਦਾ ਕੀ ਅਰਥ ਹੈ? ਧਾਰਮਿਕ ਥਾਵਾਂ। ਥਾਂ ਨਸ਼ਟ ਦਾ ਕੀ ਅਰਥ ਹੈ? ਧਾਰਮਿਕ ਥਾਵਾਂ, ਜਿੱਥੇ ਧਰਮੀ ਲੋਕ ਬੈਠਦੇ ਹੈ। ਗੁਰੂ ਬਾਬੇ ਨੇ ਕਿਹਾ ਦੁਨੀਆਂ ਦੇ ਲੋਕੋ ਜੱਗ ਦੇ ਵਿੱਚ ਜਿਹੜੇ ਥਾਂ ਨਸ਼ਟ ਨੇ ਉਹ ਭ੍ਰਿਸ਼ਟ ਹੋ ਗਏ ਨੇ। ਭ੍ਰਿਸ਼ਟ ਦਾ ਕੀ ਅਰਥ ਹੈ? ਝੂਠ ਦਾ ਅੱਡਾ ਬਣ ਗਏ ਹਨ। ਧਰਮ ਸਥਾਨ ਨੇ ਜਿਹੜੇ ਅੰਦਰ ਬੈਠੇ ਲੋਕ ਭ੍ਰਿਸ਼ਟ ਹੋ ਗਏ ਨੇ, ਇਸ ਕਰਕੇ ਝੂਠੇ ਲੋਕਾਂ ਨੇ ਧਰਮ ਦੀਆਂ ਥਾਵਾਂ ਨੂੰ ਵੀ ਝੂਠਿਆਂ ਦੀ ਥਾਂ ਬਣਾ ਦਿੱਤਾ ਹੈ, ਥਾਂ ਨਸ਼ਟ ਬਣਾ ਦਿੱਤਾ ਹੈ। ਥਾਂ ਨਸ਼ਟ ਜੱਗ ਭ੍ਰਿਸ਼ਟ ਹੋਏ, ਡੂਬਤਾ ਇਹ ਜੱਗ, ਅਤੇ ਆਮ ਜਿਹੜਾ ਜੱਗ ਹੈ ਇਹਨਾਂ ਪਖੰਡੀਆਂ ਦੇ ਜਾਲ ਦੇ ਵਿੱਚ ਆ ਕੇ ਸੱਚ ਤੋਂ ਕਿਨਾਰਾ ਕਰ ਗਿਆ, ਪਾਪਾਂ ਵਿੱਚ ਡੁੱਬ ਰਿਹਾ ਹੈ। ਕੱਲ ਮੈਂ ਰਾਮ ਨਾਮ ਸਾਰ, ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿੰਦੇ ਭਾਈ ਕਲਯੁੱਗ ਦੇ ਵਿੱਚ ਇੱਕੋ ਹੀ ਤਰੀਕਾ ਹੈ ਪਰਮਾਤਮਾ ਨੂੰ ਪਾਉਣ ਦਾ, ਉਹ ਕੀ ਹੈ? ਕੱਲ ਮੈਂ ਕਲਯੁੱਗ ਦੇ ਵਿੱਚ ਰਾਮ ਨਾਮ ਸਾਰ, ਸਾਰ ਦਾ ਅਰਥ ਹੈ ਸ੍ਰੇਸ਼ਟ ਉੱਤਮ। ਕਲਯੁੱਗ ਦੇ ਵਿੱਚ ਪਰਮਾਤਮਾ ਦਾ ਨਾਮ ਹੀ ਸਭ ਤੋਂ ਉੱਤਮ ਹੈ, ਸਭ ਤੋਂ ਸ੍ਰੇਸ਼ਟ ਹੈ। ਅਗਲਾ ਕੀ ਬਚਨ ਕਿਹਾ? ਅੱਖੀ ਤਾਂ ਮੀਟੈ ਨਾਕ ਪਕੜੈ। ਕਲਯੁੱਗ ਦੇ ਵਿੱਚ ਜਿਹੜੇ ਇਹ ਕੰਮ ਕਰਦੇ ਨੇ, ਅੱਖਾਂ ਨੂੰ ਬੰਦ ਕਰਦੇ ਨੇ, ਅੱਖੀ ਤਾਂ ਮੀਟੈ ਨਾਕ ਪਕੜੈ, ਅਤੇ ਨੱਕ ਨੂੰ ਇੱਦਾਂ ਹੱਥਾਂ ਨਾਲ ਪਕੜਦੇ ਨੇ। ਪਰ ਚੇਤਾ ਰੱਖੋ ਇਹਨਾਂ ਦੀ ਅੰਦਰ ਦੀ ਬਿਰਤੀ ਕੀ ਹੈ?
ਠੱਗਣ ਕੌ ਸੰਸਾਰ, ਇਹ ਲੋਕਾਂ ਨੂੰ ਠੱਗਣ ਦੇ ਲਈ ਇਦਾਂ ਦੇ ਆਸਣ ਕਰਕੇ ਬੈਠੇ ਹਨ। ਕੱਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪੱਕਣੈ, ਠੱਗਣ ਕੌ ਸੰਸਾਰ। ਤੇ ਜਿਹੜਾ ਗੁਰੂ ਕੋ ਅਗਲਾ ਬਚਨ ਕਿਹਾ, ਗੁਰੂ ਅੰਗਦ ਸਾਹਿਬ ਪਾਤਸ਼ਾਹ ਅਗਲਾ ਬਚਨ ਕਹਿੰਦੇ ਨੇ, ਕਹਿਣ ਲੱਗੇ ਆਂਟ ਸੇਤੀ, ਤਿੰਨਾਂ ਇਹਨਾਂ ਉਂਗਲਾਂ ਦੇ ਨਾਲ, ਸੇਤੀ ਹੁੰਦਾ ਨਾਲ, ਆਂਟ ਸੇਤੀ ਨਾਕ ਪੱਕੜੈ, ਸੂਝ ਤੇ ਤਿੰਨ ਲੋ। ਕਹਿੰਦੇ ਸੂਝ ਤੇ ਕਹਿੰਦੇ ਕੀ ਨੇ, ਸਾਨੂੰ ਤਿੰਨੇ ਲੋਕਾਂ ਦੀ ਸੋਝੀ ਹੋ ਰਹੀ ਹੈ, ਤਿੰਨੇ ਲੋਕ ਦਿਖ ਰਹੇ ਨੇ, ਪਰ ਸੱਚਾਈ ਕੀ ਹੈ, ਮਗਰ ਪਾਛੈ ਪਰ ਪਿੱਛੇ ਪਿਆ ਹੋਇਆ, ਮਗਰ ਪਰ ਪਾਛੈ ਕਛੂ ਨਾ ਸੂਝੈ, ਪਿੱਛੇ ਦੀ ਇਹਨਾਂ ਨੂੰ ਕੋਈ ਸੋਝ ਨਹੀਂ, ਸਾਡੇ ਪਿੱਛੇ ਕੀ ਹੋ ਰਿਹਾ। ਦਾਵਾ ਕਰਦੇ ਨੇ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਹੈ, ਪਰ ਗੁਰੂ ਬਾਬੇ ਨੇ ਬਾਣੀ 'ਚ ਕਿਹਾ ਪਿੱਛੇ ਕੀ ਹੋ ਰਿਹਾ ਇਹਨਾਂ ਦੇ, ਇਹਨਾਂ ਨੂੰ ਕੁਛ ਪਤਾ ਨਹੀਂ ਹੈ। ਮਗਰ ਪਾਛੈ ਕਛੂ ਨਾ ਸੂਝੈ, ਇਹ ਪਦਮ ਅਲੋ। ਪਾਤਸ਼ਾਹ ਕਹਿੰਦੇ ਇਹ ਪਦਮ ਆਸਣ ਚੰਗਾ, ਅਜੀਬ ਜਿਹਾ ਆਸਣ ਹੈ, ਅਲੋ ਦਾ ਅਰਥ ਹੈ ਅਜੀਬ। ਇਹ ਚੰਗਾ ਜੋਗੀ ਉਹ ਤੁਹਾਡਾ ਪਦਮ ਆਸਣ ਅਜੀਬ ਹੈ, ਜਿਹਦੇ ਵਿੱਚ ਤਿੰਨਾਂ ਲੋਕਾਂ ਦੇ ਦਰਸ਼ਨ ਹੋ ਰਹੇ ਹੈ, ਪਰ ਪਿਛਲੇ ਪਾਸੇ ਕੀ ਹੋ ਰਿਹਾ, ਅੱਗੇ ਕੀ ਹੋ ਰਿਹਾ, ਤੁਹਾਨੂੰ ਕੁਛ ਵੀ ਪਤਾ ਨਹੀਂ ਹੈ। ਤੋ ਗੁਰਮੁਖੋ, ਭਰੇ ਲੱਖਾਂ ਲੋਕਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜੋਗੀਆਂ ਦੇ ਇਸ ਜਿਹੜਾ ਪਖੰਡ ਨੂੰ, ਝੂਠ ਨੂੰ ਕਹਿ ਲਓ, ਇਹਦਾ ਝੂਠ ਸੀ ਜਿਹੜਾ, ਇਹਨੂੰ ਬਾਬੇ ਜੀ ਨੇ ਪ੍ਰਤੱਖ ਕਰ ਦਿੱਤਾ। ਬਾਬਾ ਜਾਣੀ ਜਾਣ ਪੁਰਖ, ਬਾਬਾ ਤੇ ਜਾਣੀ ਜਾਣ ਸੀ, ਅੰਦਰ ਦੀਆਂ ਜਾਣਦਾ ਸੀ। ਹੱਥ ਬੰਨ ਕਹਿੰਦੇ ਬਾਬਾ ਛੱਡ ਸਾਡੇ ਝੂਠ ਸੱਚ ਨੂੰ, ਸਾਡਾ ਲੋਟਾ ਦੇ, ਸਾਡਾ ਲੋਟਾ ਵਾਪਸ ਕਰ ਦੇ। ਇੱਦਾਂ ਜੋਗੀ ਆਸਣ 'ਤੇ ਬੈਠਾ ਕਹਿੰਦਾ, ਗੁਰੂ ਅੰਗਦ ਸਾਹਿਬ ਪਾਤਸ਼ਾਹ ਕਹਿੰਦੇ ਮੰਨਦਾ ਵੀ ਤੂੰ ਝੂਠ ਬੋਲਦਾ ਪਿਆ ਸੀ, ਸਵੀਕਾਰ ਕਰ ਵੀ ਇਹ ਤੇਰਾ ਜਿੰਨਾ ਵੀ ਅੱਖ ਬੰਦ ਕਰਕੇ ਲੋਕਾਂ ਨੂੰ ਕਹਿਣਾ ਇਹ ਝੂਠ ਸੀ। ਕਹਿਣ ਲੱਗਾ ਬਾਬਾ ਝੂਠ ਸੀ, ਸਾਡਾ ਲੋਟਾ ਦੇ, ਸਾਨੂੰ ਤੇ ਮਾਇਆ ਚਾਹੀਦੀ ਹੈ, ਕਿਉਂਕਿ ਪਹਿਲਾਂ ਝੂਠ ਬੋਲਿਆ ਮਾਇਆ ਇਕੱਠੀ ਹੋਣੀ ਸੀ, ਹੁਣ ਉਹ ਛੱਪ ਗਈ, ਹੁਣ ਜੇ ਪ੍ਰਵਾਨ ਨਹੀਂ ਕਰਾਂਗੇ ਤੇ ਤਾਂ ਵੀ ਨਹੀਂ ਮਿਲਣੀ, ਬਸ ਤੈਨੂੰ ਕਿਹਾ ਵੀ ਅਸੀਂ ਪਖੰਡ ਕਰਦੇ ਸੀ, ਸਾਡੀ ਮਾਇਆ ਦੇ ਦੇ। ਗੁਰੂ ਪਾਤਸ਼ਾਹ ਕਹਿੰਦੇ ਭਾਈ ਕਿਤੇ ਨਹੀਂ ਗਿਆ ਲੋਟਾ, ਆਪਣੇ ਪਿਛਲੇ ਪਾਸੇ ਦੇਖ ਪਿਆ ਕਿ ਨਹੀਂ ਪਿਆ। ਗੁਰਮੁਖੋ, ਜਦੋਂ ਇੱਦਾਂ ਪਿਛਲੇ ਪਾਸੇ ਦੇਖਿਆ ਤੇ ਲੋਟਾ ਉੱਥੇ ਪਿਆ ਹੋਇਆ ਸੀ, ਕਿਉਂਕਿ ਬਾਬੇ ਨੇ ਤੇ ਕਿਤੇ ਨਹੀਂ ਲੁਕੋਇਆ, ਪਿੱਛੇ ਰੱਖਿਆ ਸੀ ਅੱਗੋਂ ਚੱਕ ਕੇ। ਤੋ ਬਾਬਾ ਜਾਣੀ ਜਾਣ ਪੁਰਖ, ਕੱਢਿਆ ਲੋਟਾ ਜਹਾਂ ਲੁਕਾਈ, ਜਿੱਥੇ ਲੋਟਾ ਲੁਕਿਆ ਹੋਇਆ ਸੀ ਬਾਬੇ ਨੇ ਕੱਢ ਕੇ ਦੱਸ ਦਿੱਤਾ। ਵੇਖ ਚਲਿੱਤਰ ਜੋਗੀ ਖੁਣਸਾਈ, ਖੁਣਸਾਈ ਦਾ ਅਰਥ ਹੈ ਖੁਣਸ ਖਾਣ ਲੱਗੇ, ਬਾਬੇ ਦੇ ਵੈਰੀ ਹੋ ਗਏ, ਖੁਣਸ ਖਾਣ ਲੱਗੇ, ਦੁਸ਼ਮਣ ਬਣ ਗਏ ਬਾਬੇ ਦੇ। ਇਹ ਜਿਹੜਾ ਚਲਿੱਤਰ ਸੀ ਜਿਹੜਾ, ਇਹ ਵੇਖ ਕੇ ਜਿੱਥੇ ਦੁਨੀਆਂ ਦੇ ਲੋਕਾਂ ਦੇ ਅੱਗੇ ਜੋਗੀਆਂ ਦੇ ਝੂਠ ਦਾ ਪਰਦਾ ਖੁੱਲ੍ਹ ਗਿਆ ਗੁਰਮੁਖੋ, ਉੱਥੇ ਜਿਹੜੇ ਜੋਗੀ ਸਨ ਉਹ ਪੱਕੇ ਤੌਰ ਉੱਤੇ ਬਾਬੇ ਦੇ ਖੁਣਸ ਖਾਣ ਲੱਗੇ ਔਰ ਬਾਬੇ ਦੇ ਵੈਰੀ ਹੋ ਗਏ। ਇਸੇ ਕਰਕੇ ਸਮਾਪਤੀ ਕਰ ਗਏ ਆਪਾਂ, ਇਸੇ ਕਰਕੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਿੱਖ ਨੂੰ ਰਿੱਧੀਆਂ ਸਿੱਧੀਆਂ ਤੋਂ ਪਰੇ ਕਰਕੇ, ਆਸਣਾਂ ਤੋਂ ਪਰੇ ਕਰਕੇ, ਇਹ ਯੋਗ ਆਸਣਾਂ ਤੋਂ ਖਿਹੜਾ ਛੁਡਾ ਕੇ ਬਾਬੇ ਨੇ ਨਾਮ ਦੇ ਨਾਲ ਜੋੜਿਆ ਗੁਰੂ। ਇਹੀ ਕਾਰਨ ਸੀ ਗੁਰਮੁਖੋ, ਬੰਦਾ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਦਾ ਸੀ, ਇਹ ਆਸਾਂ ਕਰਦਾ ਸੀ,
ਪਰ ਅੰਦਰ ਦੀ ਬੇਈਮਾਨੀ, ਅੰਦਰ ਦੀ ਈਰਖਾ ਖਤਮ ਨਹੀਂ ਸੀ ਹੁੰਦੀ। ਕਿੰਨੇ ਵੱਡੇ ਵੱਡੇ ਯੋਗੀ ਨੇ ਝੂਠ ਬੋਲਦੇ ਨੇ, ਅਤੇ ਜਦੋਂ ਬਾਬੇ ਨੇ ਉਹਨਾਂ ਦਾ ਝੂਠ ਦਾ ਪਰਦਾ ਉਗੇੜ ਦਿੱਤਾ ਅਤੇ ਖੁਣਸਾਈ ਬਾਬੇ ਦੀ ਅੱਗੇ ਖੁਣਸਾਂ ਖਾਣ ਲੱਗੇ, ਬਾਬੇ ਨਾਲ ਈਰਖਾ ਕਰਨ ਲੱਗੇ, ਔਰ ਫਿਰ ਇਹ ਯੋਗੀ ਬਾਬੇ ਦੇ ਵੈਰੀ ਹੋ ਗਏ। ਹੁਣ ਇਹੀ ਧਾਰਨ ਕਰਦੇ ਨੇ ਵੀ ਬਾਬੇ ਨੂੰ ਇੱਥੋਂ ਜਾਣ ਨਹੀਂ ਆਪਾਂ ਦੇਣਾ, ਬਾਬੇ ਨੂੰ, ਬਾਬੇ ਨੇ ਸਾਨੂੰ ਨੀਵਾਂ ਦਿਖਾਇਆ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਦੁਨੀਆ ਸਾਹਮਣੇ ਅਸੀਂ ਵੀ ਨੀਵਾਂ ਸਿੱਧ ਕਰਾਂਗੇ। ਫਿਰ ਅੱਗੇ ਜੋ ਵੀ ਕੀ ਕੁਤ ਕਰਦੇ ਆ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੂੰ ਨੀਵਾਂ ਦਿਖਾਉਣ ਦੇ ਲਈ ਕੀ ਕਰਦੇ ਆ, ਇਹ ਆਪਾਂ ਗੁਰਮੁਖੋਂ ਕੱਲ੍ਹ ਨੂੰ ਇਹੀ ਜਿਹੜੀ ਹੈ ਵਾਰ ਇਸ ਤੋਂ ਅਗਲੀ ਉਹ ਵਿਚਾਰਾਂਗੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।